ਬਸ ਜੀ ਫਤਿਹ। ਅੱਜ ਰਿਸ਼ਤੇਦਾਰਾਂ ਦੀ ਗੱਡੀ ਲੈ ਜਾਂਦੀ ਸੀ, ਉਹ ਆਪਣੇ ਵਾਲੀ ਦਾ ਹੋਇਆ ਸੀ ਏ ਸੀ ਖਰਾਬ, ਹੈ ਨਾ, ਗਰੋਸਰੀ ਗਰੂਸਰੀ ਲੈ ਕੇ ਆਉਣੀ ਸੀ। ਅਤੇ ਫਿਰ ਮੈਂ ਕਿਹਾ ਜਵਾਕਾਂ ਦਾ ਯਾਰ ਗੇੜਾ ਕਢਾ ਲਈਏ 'ਚ, ਹੈ ਨਾ। ਉਹਨਾਂ ਨੇ ਲਈ ਆ ਆਪਣੇ ਸਹੁਰਿਆਂ ਨੇ ਥਾਰ ਗੱਡੀ ਲਿਆਂਦੀ ਉਹਨਾਂ ਨੇ, ਅਤੇ ਮੈਂ ਕਿਹਾ ਚੱਲ ਇਹਨਾਂ ਨੂੰ ਵੀ ਗੇੜਾ ਦਵਾ ਲਈਏ, ਨਾਲੇ ਦੂਜ ਫੜਾ ਲੈਣਾ ਜਵਾਕਾਂ ਨੂੰ। ਕੌਣ ਟਿਮਰੀ? ਹਾਂਜੀ ਭਾਈ। ਕਾਇਮ ਆ ਫਿਰ? ਹਾਂਜੀ ਭਾਈ। ਗੱਡੀ ਵਧੀਆ? ਹਾਂਜੀ ਭਾਈ ਵਧੀਆ ਜੀ। ਠੀਕ ਆ ਠੀਕ ਆ, ਇਹਨਾਂ ਦਾ ਗੇੜਾ ਕਢਾ ਲੈਣੇ ਆ। ਠੀਕ ਆ ਨਾ, ਹੋਰ ਫਿਰ ਜੋ ਤਾਂ ਕਾਇਮ ਆ ਪੁੱਤ। ਹੋਰ ਫਿਰ ਕਬੱਡੀ ਵਾਲੀ ਦੱਸੋ ਗੱਲਬਾਤ, ਕੋਈ ਮਿਹਨਤ ਵਧੀਆ ਹੋ ਰਹੀ ਆ? ਹਾਂਜੀ ਭਾਈ ਪੂਰੀ। ਠੀਕ ਆ ਫਿਰ ਟਿਮਰੀ, ਉਹ ਕੀ ਕੱਢਣਾ ਆਪਾਂ? ਗੁੱਪਗਵਾੜ ਬਾਈ ਜੀ। ਹੈਂ? ਗੁੱਪਗਵਾੜ ਬਾਈ ਜੀ। ਹਾਂ ਹਾਂ ਰਾਹੁਲ ਕਿੱਥੇ ਆ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਰਾਹੁਲ ਆਪਣਾ ਛੋਟਾ 37 ਖੇਡਦਾ ਜਿਹੜਾ, ਤੇ ਇਹਨੇ ਨੰਬਰ ਲਾਇਆ ਗੱਲੇ ਨੇ ਬਹੁਤ। ਹੁਣ ਕਿੰਨਾ ਵੇਟ ਹੋ ਗਿਆ ਰਾਹੁਲ? 45। 45 ਕਿੰਨੇ ਚਿਰ ਚ? ਡੇਢ ਸਾਲ ਚ। ਬਿਲਕੁਲ 37 38 39 40 10 ਕਿਲੋ ਵਜ਼ਨ ਵੱਧ ਗਿਆ, 8 10 ਕਿਲੋ 15 ਕਿਲੋ ਵੱਧ ਗਿਆ। 15 ਕਿਲੋ ਨਾਲੇ ਮਸਲ ਮਾਸ ਆ ਵੀਰੇ ਇਹਦੇ, ਜਮੀ ਅੰਗ ਅੰਗ ਤੇ ਤਿਆਰੀ ਆ। ਜਿਵੇਂ ਕਾਗ ਨੀ ਆ ਫੜ ਕੇ ਐਂ ਕਰ ਦਿੰਦੇ, ਐਂ ਕਰ ਦੂ। ਬਾਕੀ ਜਿਹੜਾ ਜਿੰਨੇ ਨੇ ਵੀ ਟੂਰਨਾਮੈਂਟ ਕਰਾਉਣੇ, ਮੈਨੂੰ ਸੁਨੇਹ ਵੀ ਦੋ ਤਿੰਨਾਂ ਦੇ ਆਏ ਆ ਫੇਸਬੁੱਕ ਤੇ, ਬਾਈ ਇੱਕ ਤਾਂ ਜਵਾਕਾਂ ਨੂੰ ਬਾਮ ਜਮਾਂ ਨਾ ਲਾਉਣ ਦਿਓ, ਚੈੱਕ ਕਰੋ ਜਿਹਦੇ ਲੱਗੀ ਹੋਈ ਉਹਨੂੰ ਬਾਹਰ ਕੱਢ ਦਿਓ, ਉਹਨੂੰ ਖੇਡਣ ਨਾ ਦਿਓ। ਠੀਕ ਆ, ਇੱਕ ਗੱਡੀਆਂ ਗੁੱਡੀਆਂ ਕੋਲ ਇਹਨਾਂ ਦੀ ਨਿਗਾਹ ਰੱਖੋ। ਠੀਕ ਆ, ਜਿਹੜਾ ਵੀ ਬੀੜੀ ਬੂੜੀ ਪੀਂਦਾ ਜਾਂ ਸਿਗਰਟ ਪੀਂਦਾ ਉਹਦੇ ਨਾਲੇ ਛੱਡੋ ਥਪੜੇ, ਨਾਲੇ ਟੂਰਨਾਮੈਂਟ 'ਚੋਂ ਬਾਹਰ ਕਰੋ ਉਹਨੂੰ। ਠੀਕ ਹੈ ਨਾ, ਇਹ ਬੰਦ ਤੁਹਾਨੂੰ ਆਪ ਤੁਹਾਨੂੰ ਰਾਖੀ ਕਰਨੀ ਪੈਣੀ ਹੈ। ਜੇ ਤੁਸੀਂ ਕਹੋ ਵੀ ਹੋਰ ਕੋਈ ਆ ਕੇ ਤੁਹਾਡੀ ਰਾਖੀ ਕਰੂ ਜਾਂ ਹੋਰ ਕਰੂ, ਇਹ ਚੀਜ਼ ਤੁਹਾਨੂੰ ਆਪਦਾ ਆਪ ਹੀ ਕਰਨਾ ਪੈਣਾ ਆਪਾਂ ਨੂੰ। ਜਿਵੇਂ ਹੁਣ ਪਿੰਡਾਂ ਦੇ ਵਿੱਚ ਕਮੇਟੀਆਂ ਬਣੀਆਂ ਨੇ ਚਿੱਟੇ ਵਾਲੀਆਂ, ਬਹੁਤ ਵਧੀਆ ਉਪਰਾਲਾ। ਠੀਕ ਹੈ ਨਾ, ਤੁਹਾਨੂੰ ਆਪਦਾ ਆਪ ਹੀ ਕਰਨਾ ਪੈਣਾ। ਜੇ ਤੁਸੀਂ ਪ੍ਰਸ਼ਾਸਨ ਕੀ ਕਰੂ ਜਾਂ ਪ੍ਰਸ਼ਾਸਨ, ਹੁਣ ਮੁਲਾਜ਼ਮ ਹੀ ਬਾਹਲੇ ਘੱਟ ਨੇ। ਹੁਣ ਇੱਕ ਥਾਣੇ 'ਚ ਤੁਸੀਂ ਦੇਖ ਲਓ ਕਿੰਨੇ ਪਿੰਡ ਨੇ, ਜਾਨੂੰ ਉਹਦਾ ਜਾਨੂੰ ਰੇਪਰੇ ਹੋ ਜਾਂਦੇ ਆ। ਠੀਕ ਆ, ਸਾਰੇ ਇਹ ਨਹੀਂ ਕਹਿੰਦੇ ਪ੍ਰਸ਼ਾਸਨ ਸਾਰੇ ਹੀ ਮਾੜਾ, ਵਿੱਚ ਹੈਗੀਆਂ ਕਾਲੀਆਂ ਭੇਡਾਂ, ਬਟ ਚੰਗੇ ਅਫਸਰ ਬਹੁਤ ਨੇ, ਬਚ ਬਹੁਤ ਬਹੁਤ ਚੰਗੇ ਅਫਸਰ ਨੇ। ਠੀਕ ਆ ਨਾ, ਇੱਕ ਅੱਜ ਅਫਸਰ ਦੀ ਮੈਂ ਫੇਸਬੁੱਕ 'ਤੇ ਲਿਖੀ, ਉਹਨੇ ਪੜ੍ਹਿਆ ਲਿਖਿਆ ਹੋਇਆ ਸੀ, ਕਹਿੰਦਾ ਵੀ ਪੰਚਾਇਤ ਵਧੀਆ ਚੁਣੋ, ਇਹੋ ਜਿਹੇ ਬੰਦੇ ਨਾ ਚੁਣੋ ਜਿਹੜੇ ਗਾਹਾਂ ਜਾ ਕੇ ਥਾਣੇ ਰਲ ਜਾਂਦੇ ਆ, ਜਾ ਕੇ ਫਿਰ ਉਹ ਜਿਹੇ ਗਾਹਾਂ ਅਫਸਰ ਹੁੰਦੇ ਆ ਵਿੱਚ। ਠੀਕ ਆ, ਕਾਲੀਆਂ ਭੇਡਾਂ। ਠੀਕ ਆ ਨਾ, ਚੰਗੇ ਬੰਦੇ ਚੁਣੋ, ਅਫਸਰ ਚੰਗੇ ਬਹੁਤ ਨੇ, ਬਹੁਤ ਚੰਗੇ ਅਫਸਰ ਨੇ। ਠੀਕ ਨਹੀਂ, ਤੁਸੀਂ ਆਪਾਂ ਇੱਕ ਲੜੋ, ਆਪਣਾ ਪੰਜਾਬੀਆਂ ਦਾ ਖਾਸ ਇੱਕ ਆਪਣੀ ਰੀਤ ਹੀ ਆ, ਆਪਾਂ ਅਗਲੇ ਦਾ ਪੱਖ ਚੱਕਣਾ ਮਾੜਾ, ਬਈ ਜੇ ਕਿਤੇ ਪੁਲਿਸ ਨੇ ਮਾੜਾ ਕੰਮ ਕਰਦਾ, ਹਾਂ ਵੀ ਸਾਰੀ ਪੁਲਿਸ ਹੀ ਮਾੜੀ ਆ। ਜੇ ਕੋਈ ਕਿਸੇ ਨੇ ਛੋਟੇ ਹੁੰਦੇ ਨੇ ਕੋਈ ਚੋਰੀ ਕਰ ਲਈ, ਉਹ ਫਲਾਨਾ ਚੋਰ, ਉਹਨੂੰ ਚਾਹੇ 20 ਸਾਲ ਹੋ ਗਏ, ਉਹ ਸਾਹਬ ਛੱਡ ਗਿਆ, ਰੋਜ਼ ਬਦਲ ਗਿਆ ਬੰਦਾ, ਨਾ ਉਹਦੇ ਠੱਪਾ ਆਪਾਂ ਠਾਹ ਲਾ ਦਿੰਦੇ ਹਾਂ। ਹੋਰ ਤੀਜਾ, ਉਹ ਜੀ ਐਂ ਕਰਦਾ, ਉਹ ਫਲਾਨਾ ਕਰਦਾ, ਉਹ ਜੀ ਦਾਰੂ ਪੀਂਦਾ ਜੀ ਦਾੜੀ ਰੱਖ ਕੇ, ਉਹ ਕਿਸੇ ਚੰਗੇ ਦੀ ਵੀ ਦਿਓ, ਬਈ ਉਹ ਫਲਾਨਾ ਬਾਬਾ 4 ਵਜੇ ਆਉਂਦਾ ਉਹਦੀ ਦਿਓ ਉਦਾਹਰਨ, ਮਾੜਾ ਪੱਖ ਹੀ ਚੱਕਣਾ, ਮਾੜੇ ਦੀ ਵੀ ਦੇਣੀ ਉਦਾਹਰਨ। ਠੀਕ ਹੈ ਨਾ, ਇਹੋ ਜਿਹੀਆਂ ਚੀਜ਼ਾਂ ਤੋਂ ਗਰੇਜ਼ ਕਰੋ, ਆਪਦੇ ਜਵਾਕ ਸਾਂਭੋ, ਕੋਈ ਕਿਸੇ ਦੇ ਮੂੰਹ 'ਚ ਨਹੀਂ ਪਾਉਣ ਆਉਂਦਾ ਚਿੱਟਾ। ਠੀਕ ਹੈ, ਸਾਡੇ ਕੋਲ ਫੜਕ ਕੇ ਦੇਖੇ ਸਾਡੀ ਅਕੈਡਮੀ ਦੇ ਆਲੇ ਦੁਆਲੇ ਵੀ, ਜੇ ਮੱਕੂ ਨਾ ਬੰਨ੍ਹਦੀ ਜੁੱਤੀਆਂ ਮਾਰ ਮਾਰ। ਠੀਕ ਆ ਨਾ, ਆਪਦਾ ਕੈੜੇ ਹੋਵੋ, ਇਹੀ ਬੇਨਤੀ ਹੈ ਤੁਹਾਨੂੰ। ਅਤੇ ਆਪਦਾ ਹੋਰ ਵੀ ਆ, ਤੁਸੀਂ ਆਪਾਂ ਕਹਿੰਦੇ ਵੀ ਖਾਲਸਦਾਨ ਬਣਾਉਣਾ, ਖਾਲਸਦਾਨ
ਖਾਲਸਦਾਨ ਪਹਿਲਾਂ ਘਰੇ ਬਣਾ ਲਓ, ਆਪ ਬਣੋ ਖਾਲਸਦਾਨੀ ਪਹਿਲਾਂ, ਠੀਕ ਆ। ਆਪਦੇ ਦਾੜਾ ਰੱਖੋ, ਬਾੜ ਰੱਖੋ। ਆਪਾਂ ਬਾੜ ਰੱਖੇ ਨੇ ਬਾਈ, ਇੱਕ ਨੇ ਕਮੈਂਟ ਵੀ ਕੀਤਾ ਜੀ ਬਾਈ ਦਾੜੀ ਨੇੜੇ ਲਵਾ ਦੀ, ਬਾਈ ਦਾੜੀ ਦਾ ਨਹੀਂ ਕਿਹਾ ਸੀ ਉਹਨੂੰ, ਦਾੜੀ ਵੀ ਰੱਖਾਂਗੇ ਹੌਲੀ ਹੌਲੀ, ਮਹਾਰਾਜ ਕਿਰਪਾ ਕਰਨਗੇ, ਬਾੜ ਰੱਖ ਲਏ, ਠੀਕ ਆ, ਦਾੜੀ ਵੀ ਰੱਖਾਂਗੇ। ਪਰ ਇਹ ਜ਼ਰੂਰ ਆ ਬਈ ਕੱਲ੍ਹ ਫਰੀ ਲਾਈ ਨਾ ਲਾਉਣੀ ਆ ਨਾ ਲਾਈ ਆ, ਅਤੇ ਕੋਈ ਗੱਲ ਨਹੀਂ, ਆਪਦਾ ਝੂਠ ਨਹੀਂ ਬੋਲਣਾ, ਮਾੜਾ ਨਹੀਂ ਦੇਖਣਾ, ਠੀਕ ਆ ਨਾ, ਮਾੜਾ ਸੁਣਨਾ ਨਹੀਂ, ਮਾੜਾ ਖਾਣਾ ਨਹੀਂ, ਬਸ ਆਪਦਾ ਭਾਂਡਾ ਸਾਫ ਕਰੋ, ਤੁਸੀਂ ਆਪਦੇ ਅੰਦਰ ਬਣਾ ਲਓ। ਖਾਲਸ ਖਾਲਸ ਖਾਲਸਦਾਨ ਦਾ ਮਤਲਬ ਖਾਲਸ ਬਈ ਸ਼ੁੱਧ, ਹੈ ਨਾ, ਆਪਾਂ ਸ਼ੁੱਧ ਤਾਂ ਕੋਈ ਹੋਊ, ਕੋਈ ਮੈਂ ਕਹਿੰਦਾ ਕਿਤੇ ਹੋਊ ਕੋਈ ਕੋਈ ਉਦਾਹਰਣ ਦੇਣ ਨੂੰ ਬਈ ਤਾਏ ਚਾਚੇ ਨਾਲ ਬਹੁਤ ਬਣਦੀ ਆ ਜਾਂ ਸਾਡੇ ਆੜੀਆਂ ਨਾਲ ਬਣਦੀ ਆ, ਹੈ ਆਪਾਂ ਤਾਂ ਜ਼ਿੰਦਗੀ ਦਾ ਤਜਰਬਾ ਦੱਸਦੇ ਹਾਂ। ਸਭ ਤੋਂ ਪਹਿਲਾਂ ਚਲੋ ਚੰਗੇ ਦੋਸਤ ਹੈਗੇ ਆ, ਬਹੁਤ ਘੱਟ ਨੇ, ਬਹੁਤ ਜਿਹਨੂੰ ਚੰਗਾ ਦੋਸਤ ਮਿਲ ਗਿਆ ਉਹਦਾ ਉਹਦੀ ਜ਼ਿੰਦਗੀ ਸਫਲ ਆ, ਠੀਕ ਆ। ਅਤੇ ਤੈਨੂੰ ਕਹਿੰਦੇ ਜੂਸ ਬਣਾ ਦੇ, ਕਿੰਨੇ ਜਾਣੇ ਆ, ਦੋ ਚਾਰ, ਹਾਂਜੀ, ਆ ਕਿੰਨੇ ਬੰਦੇ ਦੇਖੀ, ਦੋ ਦੋ ਚਾਰ ਪੰਜ ਬੰਦੇ, ਛੇ ਬੰਦੇ ਪਿੱਛੇ, ਨੇੜੇ ਆ ਵੱਡੀ ਗੱਲ। ਤੇ ਹੁਣ ਆਪਾਂ ਪਵਾ ਲਈਏ ਪੈਟਰੋਲ, ਤੇਲ ਸੋਰੀ ਡੀਜ਼ਲ। ਹਾਂ ਆਪਾਂ ਕੀ ਕਹਿੰਦੇ ਸੀ ਬਈ ਪਹਿਲਾਂ ਤਾਂ ਅਸਲੀ ਗੱਲ ਜਿਹੜੀ ਅਸਲ ਅਸਲੀਅਤ ਨਾ, ਖਾਸੇ ਪਿੰਡ ਦਿਆਂ ਨੇ ਮੂੰਹ ਮੋਟਾ ਕੀਤਾ ਜਦ ਮੈਂ ਕਿਹਾ ਸੀ ਬਈ ਪਿੰਡ ਦਿਆਂ ਨੂੰ ਬਾਹਲੀ ਤਕਲੀਫ ਆ, ਬਿਲਕੁਲ ਹੈਗੀ ਬਾਈ, ਠੀਕ ਆ ਨਾ। ਹਰੇਕ ਪਿੰਡ ਦੇ ਨੂੰ ਜਿਹੜਾ ਬੰਦਾ ਤਰੱਕੀ ਕਰਦਾ ਉਹਦੇ ਤਕਲੀਫ ਹੀ ਆ, ਵਿੱਚ ਹੈਗੇ ਚੰਗੇ ਬੰਦੇ ਹੈਗੇ ਆ ਬਹੁਤ ਥੋੜ੍ਹੇ, ਠੀਕ ਆ ਨਾ। ਪਹਿਲਾਂ ਤਾਂ ਤੁਹਾਡਾ ਦੁਸ਼ਮਣ ਕਿਵੇਂ ਬਣਨਾ, ਤੁਹਾਡਾ ਮਾੜਾ ਮੈਦਾ ਘਰ ਨਹੀਂ ਆਉਣਾ, ਠੀਕ ਆ ਨਾ। ਕਿੱਧਰਲੇ ਪਾਸੇ ਆ ਇੱਧਰ, ਹਾਂਜੀ, ਠੀਕ ਆ ਨਾ। ਮੈਂ ਤਾਂ ਇੱਥੋਂ ਆਉਣਾ ਨਹੀਂ ਜੰਡ ਤੋਂ ਜਾਂ ਬਾਹਰ ਜਾਂ ਇੱਧਰ ਮੋਗੇ ਵੱਲ, ਠੀਕ ਆ ਜੀ, ਤੁਸੀਂ ਤਾਂ ਮੇਰੀ ਹੈਲਪ ਕਰੋਗੇ, ਪਰ ਜਿਹੜੇ ਤੁਹਾਡੇ ਗਵਾਂਢ ਨੇ ਤੁਹਾਡੇ ਪਿੰਡ ਦੇ ਨੇ ਉਹਨਾਂ ਨੂੰ ਤਕਲੀਫ ਆ, ਪਾ ਦੇ ਹਜ਼ਾਰ ਰੁਪਏ ਪਾ ਦੇ ਵੀਰੇ, ਆਹ ਲੈ ਫੜ, ਆਹ ਦੇਖ ਲਾ, ਡੈਡੀ ਨੇ ਪੈਸੇ ਵੀ ਸਹੁਰਾ ਸਾਹਿਬ ਨੇ ਡੀਜ਼ਲ ਦੇ ਨਾਲ ਦੇ ਕੇ ਤੋੜਿਆ ਗੱਡੀ 'ਤੇ, ਇਹ 'ਚ ਪਾ ਆਰ ਸੀ 'ਚ ਪਾਏ ਹੋਏ ਸੀ, ਇਹ 'ਚ ਪਾਏ ਹੋਏ ਸੀ, ਚਾਬੀ ਡੀਜ਼ਲ ਪਾਉਣਾ, ਬਸ ਇਹੀ ਆ। ਬੱਚੇ ਆਪਣੇ ਛੋਟੇ, ਇਹਨਾਂ ਨੂੰ ਮਖਾ ਚੱਲ ਅੱਜ ਨਾਲੇ ਗੱਡੀ ਦੀ ਨਵੀਂ ਦੀ, ਹੈ ਨਾ, ਇਹ ਰੱਬ ਦਾ ਰੂਪ ਹੁੰਦੇ, ਇਹਨਾਂ ਨੇ ਪੈਰ ਪਾ ਦੇ ਪਤਾ ਨਹੀਂ ਕੀ, ਠੀਕ ਹੈ ਨਾ। ਬਸ ਆਪਣੀ ਸੋਚ ਵਧੀਆ ਰੱਖੋ, ਠੀਕ ਨੇ। ਫਿਰ ਹੁਣ ਭਾਰ ਕਿੰਨਾ ਹੁਣ ਜੀ, 26 ਕਿਲੋ ਆਈ ਜੀ, ਪਹਿਲਾਂ ਕਿੰਨਾ ਸੀ, ਪਹਿਲਾਂ ਜੀ 22 ਕਿਲੋ ਆਈ ਜੀ, ਜਦੋਂ ਇੱਥੇ ਆਇਆ, ਹਾਂਜੀ ਬਾਈ, ਕਿੰਨਾ ਵੱਧ ਗਿਆ, 4 ਕਿਲੋ ਵੱਧ ਗਿਆ ਜੀ, ਕਿੰਨੇ ਚਿਰ ਚ, 2 ਮਹੀਨੇ ਚ ਬਾਈ ਜੀ, ਠੀਕ ਆ ਬਾਈ ਜੀ। ਇਹ ਘਿਓ ਘਿਓ ਵਧੀਆ ਖਾਂਦੇ, ਛੋਲੇ ਛਾਲੇ ਦਿੰਦੇ, ਖੁਰਾਕ ਤਾਂ ਉਹੀ ਬਹੁਤ ਆ, ਠੀਕ ਆ ਜੀ। ਅੱਜ ਭਰਵਾਨ ਜੀ ਦੀ ਵੀ ਮੈਂ ਸੁਣਦਾ ਸੀ, ਜੱਸੇ ਪੱਟੀ ਦੀ, ਸਾਡੇ ਬਹੁਤ ਸਤਿਕਾਰਯੋਗ ਨੇ, ਮਾਲਾ ਪੂਰਾ ਵੱਡਾ, ਅਤੇ ਉਹ ਵੀ ਉਹੀ ਗੱਲਾਂ ਬਈ ਜਿਹਨੇ ਬਾਈ ਤਕੜਾ ਹੋਣਾ ਤਾਂ ਕੱਚੀ ਲੱਸੀ ਨਾਲ ਹੋ ਜਾਂਦਾ, ਠੀਕ ਆ ਨਾ। ਖਾਣ ਖੂਣ ਵਾਲਾ ਬਾਹਲਾ ਪ੍ਰੋਜੈਕਟ ਨਹੀਂ ਹੈਗਾ, ਕਈ ਕਹਿੰਦੇ ਮੈਨੂੰ ਖੁਰਾਕ ਨਹੀਂ ਮਿਲੀ, ਮੈਨੂੰ ਆਹ ਨਹੀਂ ਮਿਲੀ, ਐਵੇਂ ਬਹਾਨਾਬਾਜ਼ੀ ਆ, ਖੁਰਾਕ ਕਾਹਦੀ ਨਹੀਂ ਮਿਲੀ, ਤਪੱਸਿਆ ਕਰੋ, ਆਪੇ ਹੀ ਮਹਾਰਾਜ ਵਸੀਲਾ ਵਸੀਲਾ ਬਣਾ ਦੂ, ਠੀਕ ਹੈ। ਲਵੇ ਬੜੋ ਡੋਲ ਨਾ ਦਿਓ ਜ਼ੋਰ ਨਾਲ, ਹਾਂ
ਘੱਟ ਘੱਟ ਕਰਕੇ ਪੀ ਜੋ ਲੋ ਬਈ ਪੀ ਜੋ ਪੀ ਜੋ ਖਾਣ ਪੀਣ ਚ ਨੀ ਕੋਈ ਸੰਗ ਸੰਗਈਆ ਕਰੀ ਦਾ ਹੁੰਦਾ ਸਮਝ ਗਏ ਜੂਸ ਬਹੁਤ ਵਧੀਆ ਬਣਾਉਂਦੇ ਬਈ ਇਹ ਪੈਕ ਵੀ ਕਰਦੇ ਦੋ ਕੁ ਦੋ ਪੈਕ ਕਰਦੇ ਬੜੀ ਵਧੀਆ ਜੂਸ ਪੀਜੋ ਪੀਜੋ ਖਾਲੀ ਇੱਕ ਇੱਕ ਮਿੰਟ ਚ ਪੁੱਤ ਖਾਣ ਪੀਣ ਚ ਨਹੀਂ ਢਿੱਲ ਕਰੀ ਦੀ ਆ ਗਲਾਸ ਫੜ ਲਾ ਪੁੱਤ ਓਏ ਆ ਬੜੀ ਗਲਾਸ ਕਿੱਥੇ ਜਾਣਾ ਬਾਬੇ ਨੇ ਇਹੀ ਬੇਨਤੀ ਆ ਵੀ ਭਾਈਚਾਰਾ ਬਣਾ ਕੇ ਰੱਖੋ ਵੋਟਾਂ ਆਉਂਦੀਆਂ ਨੇ ਚੰਗੇ ਬੰਦੇ ਪੂਰੇ ਚੁਣ ਕੇ ਲਿਆਓ ਠੀਕ ਆ ਨਾ ਪਹਿਲਾਂ ਤੁਹਾਡਾ ਗੁਆਂਢ ਮੇਰਾ ਤਾਂ ਆਪਣਾ ਤਾਂ ਇਹ ਆ ਪੋਲਸੀ ਬਈ ਪਹਿਲਾਂ ਸਾਡੇ ਗੁਆਂਢ ਅਸੀਂ ਗੁਆਂਢੀ ਨੂੰ ਵੋਟ ਪਾਵਾਂ ਉਦੋਂ ਬਾਅਦ ਮੇਰੀ ਪੱਤੀ ਉਦੋਂ ਬਾਅਦ ਹੋਰ ਠੀਕ ਆ ਠੀਕ ਆ ਸੱਚ ਬੋਲਣਾ ਠੀਕ ਆ ਹੋਰ ਫਿਰ ਭਰੀ ਗੱਡੀ ਦਿੰਦੀ ਆ ਨਜ਼ਾਰਾ ਪੂਰਾ ਕਿ ਨਹੀਂ ਕੋਈ ਨਾ ਮਹਾਰਾਜ ਸੱਚੇ ਪਾਤਸ਼ਾਹ ਸੁੱਖ ਰੱਖੇ ਅਗਲੇ ਸਾਲ ਤੁਹਾਨੂੰ ਥਾਰ ਹੀ ਲੈ ਦੇਣੀ ਹੈ ਇਹ ਜੀ ਤੁਹਾਨੂੰ ਬਾਬਾ ਨਾਲ ਜਾਗਰੂ ਮੈਂ ਖਲਾਉਣ ਠੀਕ ਆ ਨਾ ਮਹਾਰਾਜ ਸੁੱਖ ਰੱਖੇ ਸੱਚੇ ਪਾਤਸ਼ਾਹ ਥਾਰ ਹੀ ਲਿਆਵਾਂ ਠੀਕ ਬਾਕੀ ਜਦੋਂ ਪੁੱਤ ਮਿਹਨਤ ਕਰੋਗੇ ਨਾ ਰੱਬ ਕੋਲ ਖੜ ਜੂ ਆਵੇ ਤੁਹਾਡੇ ਠੀਕ ਆ ਨਾ ਬਸ ਮਾੜਾ ਦੇਖਣਾ ਨੀ ਮਾੜਾ ਸੁਣਨਾ ਨੀ ਮਾੜਾ ਖਾਣਾ ਨੀ ਮਾੜਾ ਕਰਨਾ ਠੀਕ ਹੈ ਜਿਹੜਾ ਮਾੜਾ ਬੋਲਦਾ ਉਦੋਂ ਜਦੀ ਦੱਸੋ ਵੀ ਆਹ ਗਲਤ ਆ ਤੇਰੀ ਫੋਨ ਤੇ ਆਹ ਗਲਤ ਦੇਖਦਾ ਤੂੰ ਮੈਨੂੰ ਦੱਸੋ ਬਾਬੇ ਨੂੰ ਦੱਸੋ ਠੀਕ ਆ ਨਾ ਹਾਂ ਉਹਦਾ ਫਿਰ ਸੇਵਾ ਪਾਣੀ ਆਪਾਂ ਨਾਲ ਦੀ ਨਾਲ ਤੁਹਾਨੂੰ ਪਤਾ ਹੀ ਆ ਪ੍ਰਸ਼ਾਦ ਹੈ ਨਾ ਉਹ ਵੀ ਜ਼ਰੂਰੀ ਆ ਪਹਿਲਾਂ ਤਾਂ ਹੋਰ ਇੱਕ ਇਹ ਜਿਹੜਾ ਨਾ ਆਹ ਟ੍ਰੈਂਡ ਚੱਲਿਆ ਹੋਇਆ ਇਹ ਸਵਾਮੀ ਨੇ ਉਹਨਾਂ ਸਵਾਮੀ ਜੀ ਦਾ ਵੀ ਮੈਂ ਸੁਣੀ ਆ ਗੱਲ ਉਹਨਾਂ ਤੋਂ ਵੀ ਜਿਹੜੇ ਆਹ ਗਰਲ ਫਰੈਂਡ ਬੁਆਏ ਫਰੈਂਡ ਫਲਾਨਾ ਧਮਕਾ ਵੀਰੇ ਜਵਾਨੀ ਆਪਦੀ ਤਾਇਆ ਸਾਡਾ ਕਹਿੰਦਾ ਜੀ ਬਚਪਨ ਦੀਆਂ ਗਲਤੀਆਂ ਜਵਾਨੀ ਖਰਾਬ ਕਰ ਦਿੰਦੀਆਂ ਨੇ ਜਵਾਨੀ ਦੀਆਂ ਗਲਤੀਆਂ ਬੁਢੇਪਾ ਖਰਾਬ ਕਰ ਦਿੰਦੀਆਂ ਨੇ ਇਹ ਸਖਤੀ ਆ ਤੁਹਾਡੀ ਤੁਸੀਂ ਸਖਤੀ ਮੈਂ ਤੁਹਾਨੂੰ ਪਤਾ ਮੈਂ ਕਿੱਥੇ ਬੋਲਦਾ ਹੈ ਨਾ ਜੇ ਸਖਤੀ ਤੁਸੀਂ ਬਾਹਰ ਕੱਢ ਦਿਓ ਸਮਝ ਲਓ ਵਿਆਹ ਕੰਮ ਸਾਰਾ ਹੀ ਠੀਕ ਆ ਨਾ ਜ਼ੋਰ ਨਾ ਜਦੀ ਬਿਨਾ ਜਦੀ ਨਗੋਟੇ ਦੇ ਪੂਰੇ ਪੱਕੇ ਠੀਕ ਆ ਨਾ ਇਹ ਕੰਮਾਂ ਕੁਛ ਨਹੀਂ ਹੈਗਾ ਇਹਦਾ ਮਹਾਰਾਜ ਨੇ ਇੱਕ ਬਣਾਇਆ ਸੀ ਵੀ ਹਾਂ ਆਪਾਂ ਪੁੱਲ ਵਧਾ ਲਈਏ ਠੀਕ ਆ ਆਪਣੀ ਲੋਕ ਚੱਲ ਪਏ ਪੁੱਠਾ ਥੋੜ੍ਹੇ ਜਿਹੇ ਠੀਕ ਆ ਆਪਦੇ ਬੱਚਿਆਂ ਦੇ ਪਹਿਰਾ ਰੱਖੋ ਸਮਝਾਓ ਉਹਨਾਂ ਨੂੰ ਸਪੋਰਟਸ ਨਾਲ ਜੋੜੋ ਠੀਕ ਆ ਜੇ ਹੁਣ ਵਿਹਲੇ ਬਾਈ ਮੋੜਾਂ 'ਤੇ ਬਹਿਣਗੇ ਮੋੜਾਂ 'ਤੇ ਬਹਿ ਕੇ ਤਾਂ ਤੁਹਾਨੂੰ ਪਤਾ ਹੀ ਉਹ ਕਿਹੜਾ ਕਥਿਆ ਸੁਣਦੇ ਆ ਜਾਂ ਕੋਈ ਦੀਵਾਨ ਸੁਣਦੇ ਆ ਫੋਨ 'ਤੇ ਝੁੰਡ ਬਣਾ ਬਣਾ ਉਹਦਾ ਵੀਡੀਓ ਵੂਡੀਆਂ ਦੇਖਦੇ ਤੁਹਾਨੂੰ ਪਤਾ ਹੀ ਆ ਕਿਹੜੀਆਂ ਦੇਖਦੇ ਆ ਠੀਕ ਆ ਉਹਨਾਂ ਨੂੰ ਟਾਈਮ ਦੇਵੋ ਉਹਨਾਂ ਨੂੰ ਦੱਸੋ ਵੀ ਆਹ ਤੁਹਾਡੀ ਮਰਜ਼ਾਦਾ ਠੀਕ ਆ ਇਹੀ ਬੇਨਤੀਆਂ ਨੇ ਚੰਗਾ ਬੰਦਾ ਚੁਣੋ ਚੰਗਾ ਪੰਚਾਇਤ ਚੰਗੀ ਹੋਵੇ ਪਿੰਡ ਦਾ ਸਾਰੇ ਦਾ ਵਿਕਾਸ ਹੋ ਜਾਂਦਾ ਸਭ ਕੁਝ ਹੋ ਜਾਂਦਾ ਪਰ ਆਪਣੇ ਲੋਕਾਂ 'ਚ ਯਾਰ ਬਾਹਲੀ ਗਿਰਾਵਟ ਆ ਗਈ ਸੋਚ 'ਚ ਬਾਹਲੀ ਜ਼ਿਆਦਾ ਠੀਕ ਆ ਨਾ
ਆਪਾਂ ਤਾਂ ਵੈਸੇ ਪਿੰਡ ਦੀ ਕਿਸੇ ਵੀ ਗੱਲ ਦੇ ਵਿੱਚ ਮੈਂ ਤਾਂ ਪਹਿਲਾਂ ਤੋਂ ਹੀ ਆਪਣਾ ਕਰੀ ਹੋਇਆ ਪਾਰਨ ਬਈ ਨਾ ਆਪਾਂ ਪਿੰਡ ਦੀ ਸਿਆਸਤ 'ਚ ਨਾ ਪਿੰਡ ਦੀ ਕਿਸੇ ਗੱਲ 'ਚ ਨਾ ਜਮੇ ਨਹੀਂ ਆਉਣਾ ਨਾ ਆਇਆ ਨਾ ਆਉਣਾ ਹਾਂ ਜਿੱਥੇ ਗਲਤ ਹੋਊ ਕੋਈ ਕਿਸੇ ਨਾਲ ਧੱਕਾ ਕਰੂ ਉੱਥੇ ਬਈ ਅੱਖੀ ਦੇਖ ਕੇ ਮੱਖੀ ਨਹੀਂ ਬਣੀ ਬੋਲਾਂਗੇ ਜਿੱਥੇ ਕੋਈ ਨਰਾਦਰੀ ਹੋਊਗੀ ਗੁਰੂ ਘਰ ਹੋਵੇ ਕੋਈ ਹੋਰ ਹੋਵੇ ਕੋਈ ਗਰੀਬ ਦੇ ਅਤਿਆਚਾਰ ਹੋਵੇ ਬੋਲਾਂਗੇ ਬਾਈ ਜਿੰਨੇ ਜੋ ਕਹੇ ਵੀ ਹਾਂ ਬਈ ਨਹੀਂ ਗਲਤ ਆ ਇਹ ਗਲਤ ਕਰਦਾ ਤੂੰ ਠੀਕ ਮੂੰਹ ਨਹੀਂ ਬੰਦ ਕਰਨਾ ਖਾਲਸੇ ਦਾ ਕੰਮ ਨਹੀਂ ਮੂੰਹ ਬੰਦ ਕਰਨਾ ਮਹਾਰਾਜ ਨੇ ਕਿਹਾ ਉਹ ਮਹਾਰਾਜ ਕਹਿੰਦੇ ਵੀ ਓਡਾ ਹੀ ਵੱਡਾ ਅਤਿਆਚਾਰੀ ਤੂੰ ਆ ਜਿਹੜਾ ਤੂੰ ਦੇਖ ਕੇ ਮੂੰਹ ਪਰੇ ਕਰ ਲਿਆ ਤੇ ਤਾਂ ਬੜਾਵਾ ਦੇਤਾ ਠੀਕ ਆ ਜੀ ਤੁਸੀਂ ਬੜਾਵਾ ਦੇ ਤਾ ਉਹਨੂੰ ਉਹ ਫਿਰ ਗਲਤੀ ਕਰੂਗਾ ਹਾਂ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਲਾਜ਼ਮੀ ਇਹੀ ਬੇਨਤੀ ਆ ਇੱਥੇ ਰਹਿਣਾ ਕੁਛ ਨਹੀਂ ਹੈਗਾ ਇੱਥੇ ਵੱਡੇ ਵੱਡੇ ਚਲੇ ਗਏ ਰਹਿਣਾ ਕੱਖ ਨਹੀਂ ਇੱਥੇ ਅੰਦਰ ਹੀ ਬੈਠਾ ਮਾੜੇ ਹੀ ਮਰੂੜੂ ਸੂਈ ਠੀਕ ਆ ਅਸੀਂ ਤਾਂ ਮਿਹਨਤ ਕਰਨੀ ਆ ਬਾਈ ਹੁਣ ਵੀ ਕਰਦੇ ਹਾਂ ਪਹਿਲਾਂ ਵੀ ਕਰੀ ਆ ਆਹ ਬੱਚੇ ਵੀ ਕਰੀ ਜਾਂਦੇ ਆ ਤਗੜੇ ਹੋਏ ਹੋਏ ਨੇ ਸਾਰੇ ਠੀਕ ਆ ਜਿਹੜੇ ਮਾੜੇ ਮੋਟੇ ਫੋਨ ਆਹ ਕਰਦੇ ਕਮੈਂਟ ਕਮੁੰਟ ਉਹ ਆਪਦੇ ਜਵਾਕਾਂ ਨੂੰ ਲੈ ਆਉਣ ਇੱਥੇ ਦੇਖ ਲੈਣ ਦੋ ਹੱਥ ਕਰਕੇ ਇਹਨਾਂ ਨਾਲ ਜਿਹੜੇ ਵੇਟ ਵਾਲੇ ਨਾਲ ਵੀ ਮਰ ਗਏ 35 ਕਿਲੋ ਵਾਲਾ ਵੀ ਅੱਠ ਆ ਬੈਠਾ ਆਪਣਾ ਦਸਾਂਗ ਔਰ ਰਾਹੁਲ ਬੈਠਾ 52 ਕਿਲੋ ਵਾਲਾ 65 ਕਿਲੋ ਵਾਲੇ ਬੈਠੇ ਨੇ 80 ਕਿਲੋ ਵਾਲਾ ਫਤਿਹ ਸਿੰਘ ਬੈਠਾ 10-10 ਕਿਲੋ ਕਦੋਂ ਮਰ ਗਈ ਠੀਕ ਆ ਕਦੋਂ ਮਰ ਗਈ ਜਿਵੇਂ ਢਿਮਰੀਆਂ ਗੁੱਬ ਗੁਆਟ ਕਦੋਂ ਮਰਜ਼ੀ ਕੱਢ ਲਿਓ ਕਿਉਂ ਢਿਮਰੀ ਹੈ ਜਕਾਰਾ ਲਾਈਏ ਫਿਰ ਇੱਕ ਗੁੱਡ ਗੁੱਡ ਫਤਿਹ ਸਿੰਘ ਇਹ ਹੈਗਾ ਤਾਂ ਸਾਡਾ ਰੱਸਾ ਵੱਡਾ ਵਾ 35-40 ਫੁੱਟ ਅਤੇ ਮੈਂ ਹੀ ਕਹਿਣਾ ਹੁੰਦਾ ਇਹਨੂੰ ਵੀ ਨਾ ਯਾਰ ਅੱਗੇ ਇੱਕ ਦਿਨ ਟੁੱਟ ਗਿਆ ਗੁੱਡ ਮੋੜ ਦਾ ਤੀਜੇ ਸੱਟ ਪਰਲਾ ਚੜ੍ਹ ਲਾ ਹੁਣ ਅੱਗੇ ਦੀ ਚਲੋ ਬਈ ਚਲੋ ਤੁਰੋ 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 ਮੇਰੇ ਹਾਂ ਮੇਰੀ ਗੋਡ 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 ਵੈਰੀ ਗੋਡ ਆ ਜਾ ਵੀਰੇ ਨੂੰ ਆ ਜਾ ਆ ਜਾ ਮੇਰੀ ਆ ਜਾ ਆ ਜਾ ਆ ਜਾ ਅਤੇ ਸਾਡੇ ਬੱਚਿਆਂ ਨੇ ਜਾਣਾ ਜੀ ਕੱਲ੍ਹ ਨੂੰ ਜੋਨ ਖੇਡਣਾ ਜੋਨ ਅੰਡਰ 14 14 ਸਾਲ ਤੋਂ ਥੱਲੇ ਅਤੇ 17 ਸਾਲ ਤੋਂ ਥੱਲੇ ਹੈ ਨਾ ਅਤੇ ਬਾਕੀ ਅੱਜ 65 ਕਿਲੋ ਵੀ ਖੇਡਣ ਗਏ ਨੇ ਹਾਂ ਬਈ ਕੀ ਹਾਲ ਆ ਵਧੀਆ ਬਾਈ ਜੀ ਅੱਛਾ ਕਿਹੜਾ ਪਿੰਡ ਆਪਣਾ ਇਮਾਮ ਨਗਰ ਬਾਈ ਜੀ ਆਹੋ
ਚੱਕਦੇ ਆ ਫੱਟੇ ਫਿਰ ਹਾਂਜੀ ਭਾਈ ਅੰਡਰ 14 ਅੰਦਰ ਅੰਡਰ 14 ਪਰ ਤਾਂ ਅੰਗਰੇਜ਼ੀ ਨਹੀਂ ਪੜਨਾ ਬਾਲ ਫਿਰ ਬਾਲ ਰੱਖ ਲਏ ਆ ਭਾਈ ਰੱਖ ਲਏ ਹਾਂਜੀ ਭਾਈ ਰੱਖ ਲਏ ਗੁੱਡ ਗੁੱਡ ਠੀਕ ਆ ਇਹਨੇ ਵੀ ਬਾਲ ਰੱਖ ਲਏ ਮੁੰਡੇ ਨੇ ਕੱਲ ਇਹ ਆਲੂ ਰੱਖ ਕੇ ਬੰਨੀ ਫਿਰਦਾ ਸੀ ਪਟਕਾ ਸਿੰਘ ਸੱਜ ਜਾਣਾ ਬਈ ਸਾਰਿਆਂ ਨੇ ਸਾਡੀ ਟੀਮ ਨੇ ਮਹਾਰਾ ਸੱਚੇ ਸੱਚੇ ਪਾਸ਼ਾ ਹੁਣ ਬਾਕੀ ਵੀ ਕਰੋ ਹੁਣ ਇਹਨਾਂ ਨੂੰ ਜੇ ਦੱਸਾਂਗੇ ਬੱਚਿਆਂ ਨੂੰ ਤੁਸੀਂ ਆਪਦੇ ਆਪਾਂ ਬੱਚਿਆਂ ਨੂੰ ਦੱਸਾਂਗੇ ਆਪਣੇ ਧਰਮ ਬਾਰੇ ਇਹਨਾਂ ਨੂੰ ਦੱਸੀਦਾ ਵੀ ਅੱਜ ਆਹ ਦੇਣਾ ਅੱਜ ਆਹ ਦੇਣਾ ਠੀਕ ਆ ਫਿਰ ਇਹਨੂੰ ਪਤਾ ਲੱਗਦਾ ਹੌਲੀ ਹੌਲੀ ਹੁਣ ਜੇ ਮਹੀਂ ਨਹੀਂ ਦੱਸੋਗੇ ਇਹਨਾਂ ਨੂੰ ਫਿਰ ਇਹਨਾਂ ਨੂੰ ਕਿਵੇਂ ਪਤਾ ਲੱਗੂ ਠੀਕ ਆ ਹਾਂ ਗੁਰਸਿੱਖ ਹੋਣਗੇ ਆਪਦੀ ਸਿੱਖੀ ਦੇ ਲਾਡ ਲੱਗਣਗੇ ਜਦੋਂ ਆਪਾਂ ਸਟਾਰਟ ਹੋ ਗਏ ਨਾ ਇੱਕ ਮਹਾਰਾਜ ਵੱਲ ਨੂੰ ਇੱਕ ਪੈਰ ਪੱਟ ਲਿਆ ਮਹਾਰਾਜ ਨੇ 100 ਪੈਰ ਆਪਣੇ ਵੱਲ ਨੂੰ ਆ ਜਾਣਾ ਠੀਕ ਆ ਆਪਣੇ ਹਾਂ ਅਤੇ ਆਪਾਂ ਅੰਡਰ 17 ਇਹ ਵੀ ਮੁੰਡਾ 17 ਵਾਲਾ ਇਹ ਵੀ 17 ਵਾਲਾ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਇਹ ਖਾਲਸਾ ਕਾਇਮ ਆ ਪੂਰਾ ਮਹਾਰਾਜ ਸੁੱਖ ਰੱਖੇ ਅਤੇ ਵਾਹਿਗੁਰੂ ਜੀ ਖਾਲਸਾ ਤੂੰ ਵੀ 14 ਵਾਲਾ 17 ਅੱਛਾ 17 ਵਾਲਾ ਤੇਰੀ ਏਜ ਕਿੰਨੀ ਹੈ 14 ਅੱਛਾ 14 ਫਿਰ 14 ਨਹੀਂ ਖੇਡਣ ਲੱਗਾ ਐਂ ਕਰਦੇ ਨਹੀਂ ਬਈ ਆਹੋ ਮੈਂ 17 ਚੱਲੀ ਚਲੋ ਕੋਈ ਨਾ ਕੱਲ ਨੂੰ ਜਾਣਗੇ ਇਹ ਖੇਡਣ ਮਹਾਰਾਜ ਸੁੱਖ ਰੱਖੇ ਜਿੱਤ ਕੇ ਆਉਣਗੇ ਸਕੂਲ ਵੱਲੋਂ ਅਤੇ ਬਾਕੀ ਸਕੂਲ ਦੇ ਹੈਗੇ ਬੱਚੇ ਤੁਹਾਡੇ ਵਾਲੇ